ਕੱਲ ਜੋ ਕੁਝ ਖਨੌਰੀ ਦੇ ਵਿੱਚ ਹੋਇਆ ਉਹ ਬਹੁਤ ਹੀ ਨਿੰਦਣਯੋਗ ਹੈ। ਲੋਕਤੰਤਰ ਦੇ ਵਿੱਚ ਇਸ ਤਰ੍ਹਾਂ ਨਹੀਂ ਪ੍ਰਸ਼ਾਸਨ ਕਰਦਾ ਹੁੰਦਾ, ਜਿਸ ਤਰ੍ਹਾਂ ਦਾ ਰਵੱਈਆ ਸਖਤ ਪ੍ਰਸ਼ਾਸਨ ਨੇ ਅਖਤਿਆਰ ਕੀਤਾ। ਮੈਂ ਪਹਿਲਾਂ ਵੀ ਕਿਹਾ ਕਿ ਦੋਨੇ ਧਿਰਾਂ ਨੂੰ ਸੰਜਮ ਦੇ ਨਾਲ ਹੀ ਕੰਮ ਲੈਣਾ ਚਾਹੀਦਾ, ਸੁਹਿਰਦਤਾ ਦੇ ਨਾਲ ਕੰਮ ਲੈਣਾ ਚਾਹੀਦਾ, ਔਰ ਮੀਟਿੰਗਾਂ ਦਾ ਸਿਲਸਿਲਾ ਬੰਦ ਨਹੀਂ ਕਰਨਾ ਚਾਹੀਦਾ। ਮੀਟਿੰਗਾਂ ਜਿਹੜੀਆਂ ਨੇ ਉਹ ਚੱਲਦੀਆਂ ਰੱਖਣੀਆਂ ਚਾਹੀਦੀਆਂ ਨੇ, ਔਰ ਮੀਟਿੰਗਾਂ ਦੇ ਵਿੱਚ ਦਲੀਲਬਾਜ਼ੀ ਦੇ ਨਾਲ ਜਿਹੜੀ ਹੈ ਉਹ ਗੱਲ ਹੋਣੀ ਚਾਹੀਦੀ ਹੈ। ਕਿਸਾਨਾਂ ਦੀਆਂ ਵੀ ਜਿਹੜੀਆਂ ਵਾਜਬ ਮੰਗਾਂ ਨੇ ਸਰਕਾਰ ਨੂੰ ਉਹਨਾਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ, ਕਿਉਂਕਿ ਇਸ ਵੇਲੇ ਕੇਵਲ ਪੰਜਾਬ ਦਾ ਕਿਸਾਨ ਹੀ ਨਹੀਂ, ਭਾਰਤ ਦਾ ਕਿਸਾਨ ਹੀ ਨਹੀਂ, ਪੂਰੀ ਦੁਨੀਆ ਦਾ ਕਿਸਾਨ ਜਿਹੜਾ ਹੈ ਉਹ ਸਖਤੇ ਦੇ ਵਿੱਚ ਹੈ, ਕਿਉਂਕਿ ਖੇਤੀ ਜਿਹੜੀ ਹੈ ਪੂਰੀ ਦੁਨੀਆ ਦੇ ਵਿੱਚ ਹੀ ਲਾਹੇਵੰਦ ਧੰਦਾ ਜਿਹੜੀ ਹੈ ਉਹ ਨਹੀਂ ਰਹਿ ਗਈ ਹੈ, ਅਤੇ ਕਿਸਾਨਾਂ ਕੋਲ ਖੇਤੀ ਤੋਂ ਇਲਾਵਾ ਕੋਈ ਹੋਰ ਬਦਲ ਵੀ ਨਹੀਂ ਹੈ, ਅਤੇ ਇਹ ਗੱਲ ਵੀ ਸਰਕਾਰਾਂ ਨੂੰ ਜਿਹੜਾ ਹੈ ਉਹ ਸਮਝਣੀ ਚਾਹੀਦੀ ਹੈ, ਕਿਉਂਕਿ ਕਿਸਾਨ ਜਿਹੜੇ ਨੇ ਉਹ ਅੰਨ ਪੈਦਾ ਕਰਦੇ ਨੇ, ਅੰਨ ਜਿਹੜਾ ਹੈ ਉਹ ਪੇਟ ਪੂਰਤੀ ਜਿਹੜੀ ਹੈ ਉਹ ਕਰਦਾ। ਇਸ ਲਈ ਸਰਕਾਰਾਂ ਨੂੰ ਬੜੇ ਸੰਜਮ ਦੇ ਨਾਲ ਕਿਸਾਨਾਂ ਦੀ ਗੱਲ ਨੂੰ ਸੁਣਨਾ ਚਾਹੀਦਾ ਹੈ, ਦਲੀਲਬਾਜ਼ੀ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਹੈ, ਅਤੇ ਦੋਨੇ ਧਿਰਾਂ ਨੂੰ ਸੁਹਿਰਦਤਾ ਤੋਂ ਕੰਮ ਜਿਹੜਾ ਹੈ ਉਹ ਲੈ ਕੇ ਇਹ ਮਸਲੇ ਦਾ ਹੱਲ ਜਿਹੜਾ ਉਹ ਕੱਢਣਾ ਚਾਹੀਦਾ ਹੈ। ਨੌਜਵਾਨ ਦੀ ਮੌਤ ਹੋ ਚੁੱਕੀ ਹੈ, ਬੜੀ ਦੁੱਖਦਾਇਕ ਸਾਡੇ ਵਾਸਤੇ ਖਬਰ ਹੈ। ਇਸ ਲਈ ਅਜਿਹੀਆਂ ਘਟਨਾਵਾਂ ਫੇਰ ਨਾ ਵਾਪਰਨ, ਮਾਵਾਂ ਦੇ ਪੁੱਤ ਜਿਹੜੇ ਆ ਆਪਣੇ ਘਰ ਆਉਣ, ਆਪਣੇ ਪਰਿਵਾਰ 'ਚ ਰਹਿਣ, ਆਪਣੀਆਂ ਭੈਣਾਂ ਕੋਲ, ਆਪਣੀਆਂ ਪਤਨੀਆਂ ਕੋਲ, ਆਪਣੇ ਬੱਚਿਆਂ 'ਚ ਰਹਿਣ। ਇਸ ਲਈ ਜਿਹੜੇ ਸਰਕਾਰੀ ਜਿਹੜੀ ਧਿਰ ਹੈ ਮੈਂ ਉਹਨੂੰ ਵੀ ਕਹੂੰਗਾ ਕਿ ਬੜੀ ਸੁਹਿਰਦਤਾ ਸੰਜਮ ਤੋਂ ਕੰਮ ਲਵੇ, ਅਤੇ ਜਿਹੜੇ ਕਿਸਾਨ ਆਗੂ ਹੈ ਉਹ ਵੀ ਵੀਰ ਸਾਡੇ ਜਿਹੜੇ ਨੇ ਉਹ ਸੰਜਮ ਅਤੇ ਸੁਹਿਰਦਤਾ ਤੋਂ ਕੰਮ ਲੈਣ। ਇਸ ਗੱਲ ਦਾ ਖਿਆਲ ਰੱਖਣ ਕਿ ਹਿੰਸਕ ਟਕਰਾਅ ਜਿਹੜਾ ਹੈ ਹਮੇਸ਼ਾ ਹੀ ਨੁਕਸਾਨਦਾਇਕ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।